आम आदमी पार्टी ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ ਬਹੁ ਕਰੋੜੀ ਮਾਈਨਿੰਗ ਸਕੈਂਡਲ ਵਿੱਚ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਦੀ ਥਾਂ ਕੈਪਟਨ ਸਰਕਾਰ ਕੁਲੀਨ ਚਿੱਟ ਦੇਣ ਦੇ ਰਾਹ ਤੇ ਤੁਰ ਪਈ ਹੈ। ਚੰਡੀਗੜ੍ਹ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਅਤੇ ਨੌਕਰਾਂ ਦੇ ਨਾਮ ਉੱਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜ਼ਰੀ ਖੱਡਾਂ ਲੈਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕੋਝਾ ਮਜ਼ਾਕ ਕਰ ਰਹੀ ਹੈ। ਉਹਨਾਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉੱਭਰਦਾ ਹੋਇਆ ਵਿਜੇ ਮਾਲਿਆ ਕਰਾਰ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜ਼ਬਤ ਕਰਨ ਅਤੇ ਰੇਤਾ ਬਜ਼ਰੀ ਦੀਆਂ ਖੱਡਾਂ ਦੀ ਹਾਲ ਹੀ ਦੌਰਾਨ ਦੀ ਸਮੁੱਜੀ ਬੋਲੀ ਪ੍ਰਕਿਰਿਆ ਨੂੰ ਰੱਦ ਕਰਨ ਦੇ ਨਵੇਂ ਸਿਰਿਓਂ ਮਾਫੀਆ ਮੁਕਤ ਬੋਲੀ ਕਰਵਾਏ ਜਾਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਤੋਂ ਮਨੋਜ ਸ਼ਰਮਾ ਦੀ ਰਿਪੋਰਟ। ਦੇਖੋ ਵਿਜੇ ਮਾਲਿਆ, ਮੈਂ ਇਸ ਕਰਕੇ ਕਿਹਾ ਕਿ ਵਿਜੇ ਮਾਲਿਆ ਵੀ ਬੜਾ ਐਸਟੈਬਲਿਸ਼ਡ ਵਪਾਰੀ ਸੀਗਾ ਇੰਡੀਆ ਦਾ, ਪਰ ਜਦੋਂ ਉਹਨੇ 11-12 ਹਜ਼ਾਰ ਕਰੋੜ ਰੁਪਇਆ ਠੱਗੀ ਮਾਰੀ, ਪਤਾ ਹੀ ਉਦੋਂ ਲੱਗਿਆ ਕਿ ਉਹ ਇੱਥੋਂ ਫਰਾਰ ਹੋ ਗਏ ਨੇ। ਔਰ ਇਸੇ ਤਰ੍ਹਾਂ ਦਾ ਇੱਕ ਡਿਫਾਲਟਰ ਰਾਣਾ ਗੁਰਜੀਤ ਸਿੰਘ ਦੀ, ਜਿਹੜੀਆਂ 4 ਸ਼ੂਗਰ ਮਿੱਲਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਸ਼ਾਮਲੀ ਜ਼ਿਲ੍ਹੇ 'ਚ ਆ, ਕਰੀਮਗੰਜ ਵਿੱਚ ਆ, 2 ਮੁਰਾਦਾਬਾਦ ਵਿੱਚ ਨੇ, ਉੱਥੇ ਇਹਨਾਂ ਨੇ 200 ਕਰੋੜ ਰੁਪਈਏ ਤੋਂ ਜ਼ਿਆਦਾ ਡਿਫਾਲਟ ਅਮਾਊਂਟ ਕੀਤਾ ਹੋਇਆ, ਜਿਹੜਾ ਗੰਨੇ ਦੀ ਪੇਮੈਂਟ ਕਿਸਾਨਾਂ ਨੂੰ ਕਰਨੀ ਹੈ। ਇੱਥੇ ਕਹਿੰਦੇ ਨਾ ਅਸੀਂ ਕਰਜ਼ਾ ਮਾਫ਼ ਕਰਨਾ ਕਿਸਾਨਾਂ ਦਾ, ਉੱਥੇ ਕਿਸਾਨਾਂ ਦਾ ਪੈਸਾ ਮਾਰਿਆ ਵਾ।